ਮਨੀ ਯਾਰ, ਜੋ ਕੁਝ ਵੀ ਹੋਇਆ ਉਹਦੇ ਲਈ ਆਈ ਐਮ ਸੋ ਸੋਰੀ ਯਾਰ। ਮੈਨੂੰ ਸੱਚੀ ਬਹੁਤ ਬੁਰਾ ਲੱਗ ਰਿਹਾ ਕਿ ਮੈਂ ਕੁਛ ਨਹੀਂ ਕਰ ਪਾਇਆ। ਤੈਨੂੰ ਵੀ ਤਾਂ ਪਤਾ ਹੀ ਆ ਪ੍ਰਭਜੋਤ ਦੇ ਸੁਭਾਅ ਦਾ। ਤੂੰ ਇੰਨਾ ਨਾ ਸੋਚ ਯਾਰ, ਮੈਂ ਕਿਸੇ ਵੀ ਗੱਲ ਨੂੰ ਦਿਲ ਤੇ ਨਹੀਂ ਲਾਇਆ। ਤੇ ਗੁਰਮਨ, ਉਹ ਵੀ ਹੋ ਜਾਏਗੀ ਠੀਕ ਕੱਲ ਤੱਕ। ਹੁਣ ਤੂੰ ਆਪਣਾ ਗਲਾਸ ਥੱਲੇ ਰੱਖ। ਤੈਨੂੰ ਕਿੱਦਾਂ ਪਤਾ ਲੱਗ ਰਿਹਾ ਕਿ ਮੈਂ ਪੀ ਰਿਹਾ? ਉਹ ਤੇਰਾ ਦੋਸਤ ਆ, ਪਤਾ ਕਿੱਦਾਂ ਨਹੀਂ ਲੱਗੇਗਾ। ਚੱਲ ਹੁਣ ਰੱਖ ਤੇ ਸੋ ਜਾ। ਓਕੇ ਠੀਕ ਆ। ਬਸ ਮੇਰੀ ਪ੍ਰੋਬਲਮ ਕਿਰਤ ਹੈ, ਉਸਨੇ ਕੱਲ ਦਾ ਐਗਜ਼ਾਮ ਦੇਣਾ ਤੇ ਉਸਦੇ ਨੰਬਰ ਤਾਜ ਤੋਂ ਜ਼ਿਆਦਾ ਆਣਗੇ ਤੇ ਇਹ ਮੈਂ ਹੋਣ ਨਹੀਂ ਦੇ ਸਕਦੀ। ਮੈਨੂੰ 5 ਬੱਚਿਆਂ ਨੂੰ ਖਾਣਾ ਖਿਲਾਉਣਾ ਹੀ ਪੈਣਾ। ਪਰ ਜੇ ਇਹ ਨੁਸਖਾ ਕੰਮ ਨਾ ਆਇਆ ਫਿਰ? ਸੁਣ ਫਿਰ, ਜੇ ਤੂੰ ਇੱਦਾਂ ਕਰਦੀ ਆ ਨਾ ਤਾਂ ਇਹ ਸਕੀਮ ਪੱਕਾ ਕੰਮ ਕਰੂਗੀ। ਕਮਾਲ ਦੀ ਸਲਾਹ ਦਿੱਤੀ ਹੈ ਤੁਸੀਂ। ਜੇ ਇਹ ਸਕੀਮ ਕੰਮ ਕਰ ਗਈ ਨਾ ਤੇ ਮਜ਼ਾ ਆ ਜਾਣਾ। ਪ੍ਰਭਜੋਤ, ਮੈਨੂੰ ਪਤਾ ਸੀ ਜੇ ਤੂੰ ਸੇਰ ਆ ਨਾ ਤਾਂ ਕੀਰਤ ਸਵਾ ਸੇਰ ਆ, ਤੁਹਾਡੇ ਦੋਵਾਂ ਦੇ ਮੁਕਾਬਲੇ ਦਾ ਤਮਾਸ਼ਾ ਦੇਖਣ ਦਾ ਮਜ਼ਾ ਮੈਂ ਲੁੱਟਣਾ ਆ। ਇਹਨਾਂ ਨੇ ਆਪਣੀ ਮਿੱਠੀ ਜ਼ੁਬਾਨ ਨਾਲ ਨਾ ਮੇਰੇ ਹਸਬੈਂਡ ਤੋਂ ਬਹੁਤ ਕੁਛ ਲੈ ਲਿਆ। ਫੋਟੋ ਕਰਵਾਉਣ ਪਿੱਛੇ ਵੀ ਨਾ ਇਹਨਾਂ ਦਾ ਕੋਈ ਫਾਇਦਾ ਹੋਵੇ। ਕਿਰਤ, ਆ ਜਾ ਆ ਜਾ। ਸਾਰਾ, ਤੂੰ ਇੱਥੇ? ਸਭ ਠੀਕ ਹੈ ਨਾ? ਸਭ ਠੀਕ ਹੈ ਮੇਰੀ ਜਾਨ। ਮੈਂ ਤਾਂ ਤੈਨੂੰ ਇਹ ਦੱਸਣਾ ਹੀ ਸੀ ਕਿ ਸਵੇਰੇ ਕੋਚਿੰਗ ਵਾਲੇ ਸਰ ਨੇ ਕਿਹਾ ਸੀ ਕਿ ਕਿਰਤ ਨੂੰ ਇਨਫੋਰਮ ਕਰ ਦਿਓ ਕਿ ਐਕਸਟਰਾ ਕਲਾਸ ਲਾਉਣ ਲਈ ਆ ਜਾਵੇ ਮੌਕ ਟੈਸਟ ਦੀ ਤਿਆਰੀ ਲਈ। ਐਕਸਟਰਾ ਕਲਾਸ? ਹਾਂ ਯਾਰ, ਲਗਾਉਣੀ ਤਾਂ ਹੈ ਪਰ ਮੰਮਾ ਦੀ ਤਬੀਅਤ ਠੀਕ ਨਹੀਂ ਹੈ ਸੋ ਮੈਂ ਨਹੀਂ ਆ ਸਕਦੀ। ਹੋਏ, ਇਹ ਤੂੰ ਕੀ ਕਹਿ ਰਹੀ ਹੈ? ਛੇ, ਤੂੰ ਨਾ ਇਹ ਤਾਂ ਸਰ ਕੀ ਕਹਿਣਗੇ। ਕੀ ਹੋਇਆ ਪੁੱਤਰ ਜੀ? ਅੰਕਲ ਜੀ, ਤੁਸੀਂ ਜਾਓ ਬੇਟਾ ਜੀ, ਮੈਂ ਕਿਰਤ ਨੂੰ ਸਮਝਾਵਾਂਗਾ। ਠੀਕ ਹੈ ਅੰਕਲ ਜੀ, ਥੈਂਕ ਯੂ ਸੋ ਮਚ। ਠੀਕ ਹੈ, ਬਾਏ। ਕਿਰਤ ਪੁੱਤਰ, ਜੇ ਤੁਸੀਂ ਕੱਲ ਆਪਣੇ ਮੰਮਾ ਕਰਕੇ ਕਲਾਸ ਵਿੱਚ ਨਹੀਂ ਗਏ ਤਾਂ ਸਭ ਤੋਂ ਵੱਧ ਦੁੱਖ ਤੁਹਾਡੀ ਮੰਮਾ ਨੂੰ ਲੱਗਣਾ ਆ। ਇਹ ਕੀ ਕਹਿ ਰਹੇ ਹੋ ਪਾਪਾ ਜੀ? ਮੈਂ ਬਿਲਕੁਲ ਸਹੀ ਕਹਿ ਰਿਹਾ। ਤੇ ਜੇ ਤੁਸੀਂ ਵਧੀਆ ਮਾਰਕਸ ਲੈ ਕੇ ਆਉਂਦੇ ਹੋ ਤਾਂ ਤੇਰੇ ਤੋਂ ਵੱਧ ਖੁਸ਼ੀ ਵੀ ਤੇਰੀ ਮੰਮਾ ਨੂੰ ਹੋਣੀ ਆ। ਠੀਕ ਹੈ ਪਾਪਾ। ਪਾਪਾ ਜੀ, ਆ ਲਓ ਤੁਹਾਡੇ ਗਰਮਾ ਗਰਮ ਪਰਾਂਠੇ। ਆ ਪੁੱਤਰ।
ਪਾਪਾ ਜੀ ਮੈਂ ਨਾ ਮੰਮਾ ਨੂੰ ਉਠਾ ਕੇ ਆਉਂਦੀ ਹਾਂ। ਠੀਕ ਹੈ ਬੇਟਾ। ਮੰਮਾ ਜੀ, ਮੰਮਾ ਉੱਠੋ ਤੇ ਮੈਨੂੰ ਜਲਦੀ ਜਲਦੀ ਦੱਸੋ ਬ੍ਰੇਕਫਾਸਟ 'ਚ ਕੀ ਖਾਓਗੇ। ਮੈਨੂੰ ਯਕੀਨ ਨਹੀਂ ਹੋ ਰਿਹਾ, ਮੈਂ ਦੇਰ ਤੱਕ ਸੁੱਤੀ ਰਹੀ। ਮੰਮਾ ਫੇਰ ਕੀ ਹੋਇਆ, ਚਲੋ ਤੁਸੀਂ ਪਹਿਲਾਂ ਉੱਠੋ ਤੇ ਆਰਾਮ ਨਾਲ ਬੈਠੋ। ਤੂੰ ਕਦੋਂ ਉੱਠ ਕੇ ਸਾਰਾ ਕੁਛ ਕਰ ਲਿਆ? ਮੰਮਾ ਜੀ ਤੁਸੀਂ ਆਪੇ ਤਾਂ ਕਹਿੰਦੇ ਹੋ ਤੇਰੀ ਵਿਆਹ ਦੀ ਉਮਰ ਹੋ ਗਈ ਹੈ, ਸਾਰਾ ਕੰਮ ਸਿੱਖ ਲੈ। ਲੋ ਸਿੱਖ ਲਿਆ ਸਭ, ਠੀਕ ਹੈ। ਸੁਣਿਆ ਤੁਸੀਂ, ਸਾਰਾ ਕੁਛ ਸਿੱਖ ਲਿਆ ਨੇ, ਮਤਲਬ ਵਿਆਹ ਕਰਾਉਣ ਦੀ ਉਮਰ ਹੋ ਗਈ ਇਹਦੀ। ਮੰਮਾ ਜੀ ਤੁਸੀਂ ਵੀ ਨਾ ਉੱਠ ਕੇ ਬ੍ਰਸ਼ ਕਰੋ ਤੇ ਰੋਜ਼ ਵਾਂਗੂ ਮੇਰੇ ਬਹਾਦਰ ਮੰਮਾ ਬਣੋ ਤੇ ਮੈਂ ਤੁਹਾਡੇ ਦੋਨਾਂ ਲਈ ਚਾਹ ਬਣਾ ਕੇ ਲਿਆਉਂਦੀ ਹਾਂ, ਠੀਕ ਹੈ। ਚੱਲ ਉੱਠ ਹੁਣ ਬ੍ਰਸ਼ ਕਰ ਲਾ। ਕਿਰਤ, ਕੱਲ ਰਾਤ ਤੇਰੀ ਸਿਹਤ ਨੂੰ ਲੈ ਕੇ ਕਾਫੀ ਪਰੇਸ਼ਾਨ ਸੀ, ਨਾਲੇ ਕੱਲ ਰਾਤ ਕਿਰਤ ਦੀ ਇੱਕ ਸਹੇਲੀ ਆਈ ਸੀ। ਕਿਰਤ ਨੂੰ ਆਪਣਾ ਟੈਸਟ ਦੇਣ ਜਾਣਾ ਚਾਹੀਦਾ ਸੀ, ਉਹ ਤਾਂ ਦਿਨ ਰਾਤ ਇੰਨੀ ਮਿਹਨਤ ਕਰ ਰਹੀ ਆਪਣਾ ਸੁਪਨਾ ਪੂਰਾ ਕਰਨ ਲਈ, ਬਸ ਇੱਕ ਮੇਰੇ ਕਰਕੇ। ਤੁਸੀਂ ਹੈਗੇ ਹੋ ਨਾ ਇੱਥੇ ਮੇਰਾ ਖਿਆਲ ਰੱਖਣ ਲਈ, ਫਿਰ ਕਿਉਂ ਨਹੀਂ ਗਈ ਉਹ? ਹਾਂ ਸ਼ਾਇਦ ਉਹ। ਪਾਪਾ ਚਾਹ ਰੈਡੀ। ਕੌਣ? ਮੰਮਾ ਮੈਂ ਦੇਖਦੀ ਹਾਂ। ਪ੍ਰਭਜੋਤ ਆ ਜਾ ਨਾ ਬੈਠ। ਨਹੀਂ ਬਸ, ਮੈਂ ਇੱਥੇ ਬੈਠਣ ਜਾਂ ਗੱਲਬਾਤ ਕਰ ਲਈ ਨਹੀਂ ਆਈ, ਮੈਂ ਤਾਂ ਇਹ ਦੱਸਣ ਲਈ ਆਈ ਸੀ ਕਿ ਮੈਂ ਆਪਣੇ ਘਰ ਗਰੀਬ ਬੱਚਿਆਂ ਨੂੰ ਖਾਣਾ ਖਵਾਉਣਾ ਤੇ ਇਸ ਲਈ ਮੈਂ ਕਿਰਤ ਨੂੰ ਇਨਵਾਈਟ ਕਰਨ ਆਈ ਸੀ ਤਾਂ ਕਿ ਉਹ ਮੇਰੀ ਕੁਛ ਹੈਲਪ ਕਰ ਦੇ। ਆਖਿਰਕਾਰ ਇਹ ਵੀ ਆਪਣੇ ਘਰ ਦੀ ਬੇਟੀ ਹੈ ਨਾ, ਇਹ ਖਾਣਾ ਖਵਾਉਣ ਵਿੱਚ ਸੇਵਾ ਕਰੇਗੀ ਤੇ ਇਹਨੂੰ ਹੀ ਪੁੰਨ ਲੱਗੂ। ਕੀ ਕਿਹਾ ਆਂਟੀ ਜੀ? ਮੈਂ ਚਲੀ ਜਾ ਪੁੱਤਰ, ਪੁੰਨ ਦਾ ਹੀ ਕੰਮ ਹੈ। ਚਲੋ ਇਸ ਬਹਾਨੇ ਕਿਰਤ ਤੇ ਪ੍ਰਭਜੋਤ 'ਚ ਪਿਆਰ ਵੀ ਬਣੇਗਾ। ਹਾਂ ਕਿਰਤ ਪੁੱਤਰ, ਤੇਰੇ ਆਂਟੀ ਤੈਨੂੰ ਖੁਦ ਇਨਵਾਈਟ ਕਰਨ ਆਇਆ, ਮਨਾ ਨਹੀਂ ਕਰੀਦਾ। ਤਾਜ ਪੁੱਤਰ ਲਈ ਮੰਨਤ ਮੰਗੀ ਹੈ ਤੇ ਇਸ ਭੋਜਨ ਦੀ ਸੇਵਾ ਲਈ ਜੇ ਸ਼ੰਮੀ ਜੀ ਦੇ ਦੋਸਤ ਦੀ ਬੇਟੀ ਨੂੰ ਨਾ ਬੁਲਾਇਆ ਤਾਂ ਲੋਕ ਕੀ ਕਹਿਣਗੇ? ਮੇਰਾ ਟੈਸਟ ਹੈ ਤੇ ਨਾ ਮੈਂ ਨਹੀਂ ਆ ਸਕਦੀ। ਕਿਰਤ ਪੁੱਤਰ ਮੈਨੂੰ ਪਤਾ ਤੇਰਾ ਟੈਸਟ ਹੈ
ਤੇ ਮੈਨੂੰ ਇਹ ਵੀ ਪਤਾ ਹੈ ਕਿ ਕਿੰਨੇ ਵਜੇ ਹੈ। ਤੂੰ ਫਿਕਰ ਨਾ ਕਰ, ਮੈਂ ਉਸ ਤੋਂ ਪਹਿਲਾਂ ਤੈਨੂੰ ਫ੍ਰੀ ਕਰ ਦੇਵਾਂਗੀ। ਤੂੰ ਬਸ ਮੇਰੀ ਸੇਵਾ 'ਚ ਹੈਲਪ ਕਰ ਦੇ। ਜਦੋਂ ਉਹਨਾਂ ਨੇ ਖਾਣਾ ਖਾ ਲਿਆ ਤੇ ਤੂੰ ਵਾਪਿਸ ਆ ਜਾਈਂ। ਤੁਹਾਡੇ ਲਈ ਦੋਸਤੀ, ਦਿਲਾਂ ਦੇ ਰਿਸ਼ਤੇ ਜ਼ਰੂਰੀ ਹੈ ਕਿ ਨਹੀਂ ਹੈ? ਬੁਲਾਉਣ ਨੂੰ ਤਾਂ ਮੈਂ ਕਿਸੇ ਹੋਰ ਨੂੰ ਹੀ ਬੁਲਾ ਸਕਦੀ ਸੀ, ਪਰ ਮੈਂ ਤੈਨੂੰ ਪਹਿਲ ਦਿੱਤੀ ਤੇ ਤੈਨੂੰ ਮੇਰੀ ਭਾਵਨਾਵਾਂ ਦਾ ਸਨਮਾਨ ਕਰਨਾ ਚਾਹੀਦਾ। ਪੁੱਤਰ, ਮੈਨੂੰ ਪਤਾ ਅੱਜ ਤੇਰਾ ਮੌਕ ਟੈਸਟ ਹੈ ਤੇ ਨਾਲੇ ਐਕਸਟਰਾ ਕਲਾਸ ਵੀ ਹੈ। ਮੈਨੇਜ ਕਰਕੇ ਦੇਖ ਪੁੱਤਰ, ਹੋ ਜਾਣਾ ਸਭ। ਓਕੇ ਆਂਟੀ ਜੀ, ਮੈਂ ਥੋੜ੍ਹੀ ਦੇਰ ਤੱਕ ਆਉਂਦੀ ਹਾਂ।